ਨਹਿਰ ਚ ਨਹਾਉਣ ਗਏ ਦੋ ਨੌਜਵਾਨਾਂ ਦੀ ਡੁੱਬਣ ਦੇ ਨਾਲ ਮੌਤ ਹੋ ਗਈ ਹੈ। ਪਰਿਵਾਰਾਂ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ। ਦਰਅਸਲ ਇਹ ਪੂਰਾ ਪਰਿਵਾਰ ਹੀ ਇੱਥੇ ਪਿੰਡ ਦੇ ਵਿੱਚ ਵਿਆਹ ਦੇਖਣ ਲਈ ਆਇਆ ਹੋਇਆ ਸੀ, ਜਿੱਥੇ ਖੁਸ਼ੀਆਂ ਦਾ ਮਾਹੌਲ ਚੱਲ ਰਿਹਾ ਸੀ। ਤਾਂ ਇਸੇ ਦੌਰਾਨ ਇਹ ਦੋਵੇਂ ਨੌਜਵਾਨ ਨਹਿਰ ਦੇਖ ਕੇ ਪਾਣੀ ਦੇ ਵਿੱਚ ਉਤਰ ਜਾਂਦੇ ਨੇ ਨਹਾਉਣ ਦੇ ਲਈ, ਪਰ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਹੈ, ਜਿਸ ਦੇ ਵਿੱਚ ਇਹ ਦੋਨੋਂ ਹੀ ਰੁੜ ਜਾਂਦੇ ਨੇ ਤੇ ਦੋਨਾਂ ਦੀ ਹੀ ਮੌਤ ਹੋ ਜਾਂਦੀ ਹੈ। ਪ੍ਰਸ਼ਾਸਨ ਦੇ ਵੱਲੋਂ ਤੇ ਐਨਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਕੜੀ ਮਸ਼ਕਤ ਦੇ ਨਾਲ ਇਹਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ। ਪਰਿਵਾਰਾਂ ਦੇ ਵਿੱਚ ਮਾਤਮ ਪਸਰਿਆ ਹੋਇਆ, ਕਿੱਥੇ ਵਿਆਹ ਦੀਆਂ ਖੁਸ਼ੀਆਂ ਦੇ ਵਿੱਚ ਰੁੱਝੇ ਹੋਏ ਸਨ ਤੇ ਕਿੱਥੇ ਹੁਣ ਰੋ ਰੋ ਬੇਹਾਲ ਹੋ ਰਹੇ ਨੇ ਦੋਨਾਂ ਨੌਜਵਾਨਾਂ ਦੇ ਮਾਪੇ। ਇਹ ਮਾਮਲਾ ਪਠਾਨਕੋਟ ਦੇ ਭੋਆ ਤੋਂ ਸਾਹਮਣੇ ਆਇਆ, ਜਿੱਥੋਂ ਦੇ ਪਿੰਡ ਛੰਨੀ ਟੋਲਾਂ ਦੇ ਵਿੱਚ ਇਹ ਦੋਵੇਂ ਨੌਜਵਾਨ ਆਪਣੇ ਪਰਿਵਾਰਾਂ ਦੇ ਨਾਲ ਵਿਆਹ ਦੇਖਣ ਲਈ ਗਏ ਸਨ। ਪਰਿਵਾਰ ਖੁਸ਼ੀਆਂ ਦੇ ਵਿੱਚ ਸ਼ਾਮਲ ਹੋ ਰਿਹਾ ਸੀ, ਤਾਂ ਇਸੇ ਦੌਰਾਨ ਇਹ ਦੋਵੇਂ ਨੌਜਵਾਨ ਵਿਆਹ ਚੋਂ ਨਿਕਲ ਕੇ ਨਹਿਰ ਤੇ ਨਹਾਉਣ ਚਲੇ ਜਾਂਦੇ ਨੇ, ਜਿੱਥੇ ਤੇਜ਼ ਵਹਾਅ ਦੇ ਵਿੱਚ ਰੁੜਨ ਕਾਰਨ ਦੋਨੋਂ ਡੁੱਬ ਜਾਂਦੇ ਨੇ, ਦੋਨਾਂ ਦੀ ਮੌਤ ਹੋ ਜਾਂਦੀ ਹੈ। ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਨਾਕਾਮ ਰਹਿੰਦੀ ਹੈ। ਐਨਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਗੋਤਾਖੋਰ ਪਾਣੀ ਦੇ ਵਿੱਚ ਉਤਰਦੇ ਨੇ ਤੇ ਫਿਰ ਇਹਨਾਂ ਲਾਸ਼ਾਂ ਨੂੰ ਬਾਹਰ ਕੱਢਿਆ ਜਾਂਦਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇੱਥੇ ਕਈ ਵਾਰ ਬੋਰਡ ਵੀ ਲਗਾਇਆ ਗਿਆ ਹੈ ਕਿ ਨਹਿਰ ਵਿੱਚ ਨਹਾਉਣਾ ਮਨਾ ਹੈ, ਖਤਰਾ ਹੈ, ਪਰ ਫਿਰ ਵੀ ਲੋਕ ਬਾਸ ਨਹੀਂ ਆਉਂਦੇ। ਤੇ ਇੱਥੇ ਪਰਿਵਾਰ ਵਾਲਿਆਂ ਨੂੰ ਵੀ ਪਤਾ ਹੀ ਨਹੀਂ ਸੀ ਕਿ ਉਹਨਾਂ ਦੇ ਦੋਨੋਂ ਜਵਾਨ ਪੁੱਤ ਨਹਿਰ 'ਚ ਨਹਾਉਣ ਗਏ ਤੇ ਉਹਨਾਂ ਦੇ ਨਾਲ ਹਾਦਸਾ ਵਾਪਰਿਆ। ਜਦੋਂ ਉਹਨਾਂ ਨੂੰ ਇਹ ਸਭ ਪਤਾ ਲੱਗਿਆ ਤੇ ਐਨਡੀਆਰਐਫ ਦੀਆਂ ਟੀਮਾਂ ਨੇ ਲਾਸ਼ਾਂ ਬਾਹਰ ਕੱਢੀਆਂ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੋਕਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਆਪਣੇ ਬੱਚਿਆਂ ਵੱਲ ਵੀ ਕਿ ਕਿਤੇ ਉਹ ਕੋਈ ਅਜਿਹੀ ਲਾਪਰਵਾਹੀ ਨਾ ਵਰਤਣ। ਜੇ ਨਹਿਰਾਂ ਦੇ ਕੰਢਿਆਂ ਦੇ ਉੱਤੇ ਜਾਂ ਕਿਤੇ ਵੀ ਬੋਰਡ ਲੱਗੇ ਹੁੰਦੇ ਨੇ ਕਿ ਨਹਿਰ 'ਚ ਨਾ ਉਤਰੋ, ਪਾਣੀ ਦਾ ਵਹਾਅ ਤੇਜ਼ ਹੋ ਸਕਦਾ ਹੈ, ਤਾਂ ਉਸਨੂੰ ਸਾਵਧਾਨੀ ਸਮਝ ਕੇ ਅਪਣਾ ਲੈਣਾ ਚਾਹੀਦਾ ਹੈ ਅਤੇ ਅਹਿਤਿਆਤ ਵਰਤਣਾ ਚਾਹੀਦਾ ਹੈ। ਨਹਿਰਾਂ ਵਿੱਚ ਨਹਾਉਣ ਤੋਂ ਪ੍ਰਸ਼ਾਸਨ ਦੇ ਵੱਲੋਂ ਮਨਾ ਕੀਤਾ ਜਾਂਦਾ ਹੈ, ਪਰ ਲੋਕ ਇੱਥੇ ਲਾਪਰਵਾਹੀ ਕਰਦੇ ਹੈ, ਜਿਸ ਦਾ ਖਾਮਿਆਜ਼ਾ ਫਿਰ ਜਾਨ ਗੁਆ ਕੇ ਭੁਗਤਣਾ ਪੈਂਦਾ ਹੈ। ਪਿੰਡ ਸਾਡਾ ਸੂਬੇ ਦੇ ਲਾਗੇ ਸਗਲਾ ਪਿੰਡ ਹੈਗਾ, ਇੱਥੇ ਸ਼ਾਦੀ ਸੀਗੀ, ਸ਼ਾਦੀ ਵਿੱਚ ਆਏ ਹੋਏ ਸੀ, ਇੱਥੋਂ ਡੰਗਰਾਂ ਨੂੰ ਲੈ ਕੇ ਪਾਣੀ 'ਤੇ ਗਏ। ਬੱਚੇ ਤਾਂ ਉਹ ਪਾਣੀ ਵਿੱਚੋਂ ਡੰਗਰਾਂ ਨੂੰ ਕੱਢਦਿਆਂ ਨਾ ਬੱਚੇ ਪਾਣੀ ਵਿੱਚ ਗਹਿਰੇ ਵਿੱਚ ਚੱਲ ਗਏ, ਤਾਂ ਡੁੱਬ ਗਏ। ਇੰਨੀ ਗੱਲ ਹੈਗੀ, ਹੋਰ ਕੋਈ ਗੱਲਬਾਤ ਨਹੀਂ। ਅਤੇ ਕਿਆ ਉਹ ਬੱਚਿਆਂ ਦੇ ਸ਼ਬ ਜਿਹੜੇ ਬਾਹਰ ਕੱਢ ਲਏ ਆ ਪਾਣੀ 'ਚੋਂ? ਹਾਂਜੀ ਹਾਂਜੀ ਕੱਢ ਲਏ। ਅਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਤੁਸੀਂ ਹੁਣ? ਉਹ ਜਿੰਨਾ ਤੱਕ ਹੋ ਸਕੇ ਪ੍ਰਸ਼ਾਸਨ ਸਾਡੀ ਮਦਦ ਕਰੇ। ਜਿਹੜਾ ਧਮਰਾਈ ਦਾ ਮੁੰਡਾ ਸੀਗਾ ਮਸਕੀਨ ਅਲੀ, ਇਹਦਾ ਭਰਾ ਹਾਲੇ ਇੱਕ ਮਹੀਨਾ ਨਹੀਂ ਹੋਇਆ, ਪਹਿਲਾਂ ਐਕਸੀਡੈਂਟ ਹੋ ਕੇ ਡੈਥ ਹੋ ਗਈ ਸੀਗੀ, ਅਤੇ ਹੁਣ ਦੂਜਾ ਵੱਡਾ ਹੈਗਾ, ਹੁਣ ਇੱਕ ਛੋਟਾ ਬੱਚਾ ਰਹਿ ਗਿਆ। ਤਾਂ ਸਾਰਾ ਦਾ ਰੱਬ ਦਾ ਹੈਗਾ, ਪ੍ਰਸ਼ਾਸਨ ਦੇ ਅੱਗੇ ਸਾਡੀ ਇਹੀ ਬੇਨਤੀ ਹੈਗੀ ਕਿ ਜਿੰਨੇ ਤੱਕ ਹੋ ਸਕੇ ਇਹਨਾਂ ਵਿਅਕਤੀਆਂ ਦੀ ਮਦਦ ਕਰੇ। ਇਹਨਾਂ ਦਾ ਇੱਕ ਟਰੈਕਟਰ ਬਾਹਰ ਹੈਗਾ, ਇਹਨਾਂ ਜਿੰਨੇ ਤੱਕ ਹੋ ਸਕੇ ਮਦਦ ਕਰੋ। ਅਤੇ ਕਿਆ ਮੌਕੇ 'ਤੇ ਪ੍ਰਸ਼ਾਸਨ ਪਹੁੰਚਿਆ ਇੱਥੇ? ਪ੍ਰਸ਼ਾਸਨ ਆਏ ਸਰ, ਆਏ ਥੋੜ੍ਹਾ ਲੇਟ ਆ। ਨਹਿਰ 'ਚ ਨਹਾਉਣ ਗਏ ਦੋ ਨੌਜਵਾਨਾਂ ਦੀ ਡੁੱਬਣ ਦੇ ਨਾਲ ਮੌਤ ਹੋ ਗਈ ਹੈ। ਪਰਿਵਾਰਾਂ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ। ਦਰਅਸਲ ਇਹ ਪੂਰਾ ਪਰਿਵਾਰ ਹੀ ਇੱਥੇ ਪਿੰਡ ਦੇ ਵਿੱਚ ਵਿਆਹ ਦੇਖਣ ਲਈ ਆਇਆ ਹੋਇਆ ਸੀ, ਜਿੱਥੇ ਖੁਸ਼ੀਆਂ ਦਾ ਮਾਹੌਲ ਚੱਲ ਰਿਹਾ ਸੀ। ਤਾਂ ਇਸੇ ਦੌਰਾਨ ਇਹ ਦੋਵੇਂ ਨੌਜਵਾਨ ਨਹਿਰ ਦੇਖ ਕੇ ਪਾਣੀ ਦੇ ਵਿੱਚ ਉਤਰ ਜਾਂਦੇ ਨੇ ਨਹਾਉਣ ਦੇ ਲਈ, ਪਰ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਹੈ, ਜਿਸ ਦੇ ਵਿੱਚ ਇਹ ਦੋਨੋਂ ਹੀ ਰੁੜ ਜਾਂਦੇ ਨੇ ਤੇ ਦੋਨਾਂ ਦੀ ਹੀ ਮੌਤ ਹੋ ਜਾਂਦੀ ਹੈ। ਪ੍ਰਸ਼ਾਸਨ ਦੇ ਵੱਲੋਂ ਤੇ ਐਨਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਕੜੀ ਮਸ਼ਕਤ ਦੇ ਨਾਲ ਇਹਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ। ਪਰਿਵਾਰਾਂ ਦੇ ਵਿੱਚ ਮਾਤਮ ਪਸਰਿਆ ਹੋਇਆ, ਕਿੱਥੇ ਵਿਆਹ ਦੀਆਂ ਖੁਸ਼ੀਆਂ ਦੇ ਵਿੱਚ ਰੁੱਝੇ ਹੋਏ ਸਨ ਤੇ ਕਿੱਥੇ ਹੁਣ ਰੋ ਰੋ ਬੇਹਾਲ ਹੋ ਰਹੇ ਨੇ ਦੋਨਾਂ ਨੌਜਵਾਨਾਂ ਦੇ ਮਾਪੇ। ਇਹ ਮਾਮਲਾ ਪਠਾਨਕੋਟ ਦੇ ਭੋਆ ਤੋਂ ਸਾਹਮਣੇ ਆਇਆ, ਜਿੱਥੋਂ ਦੇ ਪਿੰਡ ਛੰਨੀ ਟੋਲਾਂ ਦੇ ਵਿੱਚ ਇਹ ਦੋਵੇਂ ਨੌਜਵਾਨ ਆਪਣੇ ਪਰਿਵਾਰਾਂ ਦੇ ਨਾਲ ਵਿਆਹ ਦੇਖਣ ਲਈ ਗਏ ਸਨ।
ਪਰਿਵਾਰ ਖੁਸ਼ੀਆਂ ਦੇ ਵਿੱਚ ਸ਼ਾਮਲ ਹੋ ਰਿਹਾ ਸੀ ਤਾਂ ਇਸੇ ਦੌਰਾਨ ਇਹ ਦੋਵੇਂ ਨੌਜਵਾਨ ਵਿਆਹ ਚੋਂ ਨਿਕਲ ਕੇ ਨਹਿਰ ਤੇ ਨਹਾਉਣ ਚਲੇ ਜਾਂਦੇ ਨੇ, ਜਿੱਥੇ ਤੇਜ਼ ਵਹਾਅ ਦੇ ਵਿੱਚ ਰੁੜਨ ਕਾਰਨ ਦੋਨੋਂ ਡੁੱਬ ਜਾਂਦੇ ਨੇ, ਦੋਨਾਂ ਦੀ ਮੌਤ ਹੋ ਜਾਂਦੀ ਹੈ। ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਨਾਕਾਮ ਰਹਿੰਦੀ ਹੈ। NDRF ਦੀਆਂ ਟੀਮਾਂ ਦੇ ਵੱਲੋਂ ਗੋਤਾਖੋਰ ਪਾਣੀ ਦੇ ਵਿੱਚ ਉਤਰਦੇ ਨੇ ਤੇ ਫਿਰ ਇਹਨਾਂ ਲਾਸ਼ਾਂ ਨੂੰ ਬਾਹਰ ਕੱਢਿਆ ਜਾਂਦਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇੱਥੇ ਕਈ ਵਾਰ ਬੋਰਡ ਵੀ ਲਗਾਇਆ ਗਿਆ ਹੈ ਕਿ ਨਹਿਰ ਵਿੱਚ ਨਹਾਉਣਾ ਮਨਾ ਹੈ, ਖਤਰਾ ਹੈ, ਪਰ ਫਿਰ ਵੀ ਲੋਕ ਬਾਸ ਨਹੀਂ ਆਉਂਦੇ ਤੇ ਇੱਥੇ ਪਰਿਵਾਰ ਵਾਲਿਆਂ ਨੂੰ ਵੀ ਪਤਾ ਹੀ ਨਹੀਂ ਸੀ ਕਿ ਉਹਨਾਂ ਦੇ ਦੋਨੋਂ ਜਵਾਨ ਪੁੱਤ ਨਹਿਰ 'ਚ ਨਹਾਉਣ ਗਏ ਤੇ ਉਹਨਾਂ ਦੇ ਨਾਲ ਹਾਦਸਾ ਵਾਪਰਿਆ। ਜਦੋਂ ਉਹਨਾਂ ਨੂੰ ਇਹ ਸਭ ਪਤਾ ਲੱਗਿਆ ਤੇ NDRF ਦੀਆਂ ਟੀਮਾਂ ਨੇ ਲਾਸ਼ਾਂ ਬਾਹਰ ਕੱਢੀਆਂ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੋਕਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਆਪਣੇ ਬੱਚਿਆਂ ਵੱਲ ਵੀ ਕਿ ਕਿਤੇ ਉਹ ਕੋਈ ਅਜਿਹੀ ਲਾਪਰਵਾਹੀ ਨਾ ਵਰਤਣ। ਜੇ ਨਹਿਰਾਂ ਦੇ ਕੰਢਿਆਂ ਦੇ ਉੱਤੇ ਜਾਂ ਕਿਤੇ ਵੀ ਬੋਰਡ ਲੱਗੇ ਹੁੰਦੇ ਨੇ ਕਿ ਨਹਿਰ 'ਚ ਨਾ ਉਤਰੋ, ਪਾਣੀ ਦਾ ਵਹਾਅ ਤੇਜ਼ ਹੋ ਸਕਦਾ ਹੈ, ਤਾਂ ਉਸਨੂੰ ਸਾਵਧਾਨੀ ਸਮਝ ਕੇ ਅਪਣਾ ਲੈਣਾ ਚਾਹੀਦਾ ਹੈ ਅਤੇ ਅਹਿਤਿਆਤ ਵਰਤਣਾ ਚਾਹੀਦਾ ਹੈ। ਨਹਿਰਾਂ ਵਿੱਚ ਨਹਾਉਣ ਤੋਂ ਪ੍ਰਸ਼ਾਸਨ ਦੇ ਵੱਲੋਂ ਮਨਾ ਕੀਤਾ ਜਾਂਦਾ ਹੈ, ਪਰ ਲੋਕ ਇੱਥੇ ਲਾਪਰਵਾਹੀ ਕਰਦੇ ਹੈ, ਜਿਸ ਦਾ ਖਾਮਿਆਜ਼ਾ ਫਿਰ ਜਾਨ ਗੁਆ ਕੇ ਭੁਗਤਣਾ ਪੈਂਦਾ ਹੈ। ਪਿੰਡ ਸਾਡਾ ਸੂਬੇ ਦੇ ਲਾਗੇ ਸਗਰਾਂ ਪਿੰਡ ਹੈਗਾ, ਇੱਥੇ ਸ਼ਾਦੀ ਸੀਗੀ, ਸ਼ਾਦੀ ਵਿੱਚ ਆਏ ਸੀ, ਇੱਥੋਂ ਡੰਗਰਾਂ ਨੂੰ ਲੈ ਕੇ ਪਾਣੀ 'ਤੇ ਗਏ ਸੀ ਬੱਚੇ, ਉਹ ਪਾਣੀ ਵਿੱਚੋਂ ਡੰਗਰਾਂ ਨੂੰ ਕੱਢਦਿਆਂ ਨਾ ਬੱਚੇ ਪਾਣੀ ਵਿੱਚ ਗਹਿਰੇ ਵਿੱਚ ਚੱਲ ਗਏ ਤਾਂ ਡੁੱਬ ਗਏ। ਇੰਨੀ ਗੱਲ ਹੈਗੀ, ਹੋਰ ਕੋਈ ਗੱਲਬਾਤ ਨਹੀਂ। ਅਤੇ ਕਿਆ ਉਹ ਬੱਚਿਆਂ ਦੇ ਸ਼ਬ ਜਿਹੜੇ ਬਾਰੇ ਕੱਢ ਲਏ ਆ ਪਾਣੀ 'ਚੋਂ? ਹਾਂਜੀ ਹਾਂਜੀ ਕੱਢ ਲਏ। ਅਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਤੁਸੀਂ ਹੁਣ? ਉਹ ਜਿੰਨਾ ਤੱਕ ਹੋ ਸਕੇ ਪ੍ਰਸ਼ਾਸਨ ਸਾਡੀ ਮਦਦ ਕਰੇ। ਜਿਹੜਾ ਧਮਰਾਜ ਦਾ ਮੁੰਡਾ ਸੀਗਾ ਮਸਕੀਨ ਅਲੀ, ਇਹਦਾ ਭਰਾ ਹਾਲੇ ਇੱਕ ਮਹੀਨਾ ਨਹੀਂ ਹੋਇਆ, ਪਹਿਲਾਂ ਐਕਸੀਡੈਂਟ ਹੋ ਕੇ ਡੈਥ ਹੋ ਗਈ ਸੀਗੀ, ਅਤੇ ਹੁਣ ਦੂਜਾ ਵੱਡਾ ਹੈਗਾ, ਹੁਣ ਇੱਕ ਛੋਟਾ ਬੱਚਾ ਰਹਿ ਗਿਆ, ਤਾਂ ਸਾਰਾ ਤਾਂ ਰੱਬ ਦਾ ਹੈਗਾ। ਪ੍ਰਸ਼ਾਸਨ ਦੇ ਅੱਗੇ ਸਾਡੀ ਇਹੀ ਬੇਨਤੀ ਹੈਗੀ ਕਿ ਜਿੰਨੇ ਤੱਕ ਹੋ ਸਕੇ ਇਹਨਾਂ ਵਿਅਕਤੀਆਂ ਦੀ ਮਦਦ ਕਰੇ। ਇਹਨਾਂ ਦਾ ਇੱਕ ਟਰੈਕਟਰ ਬਾਹਰ ਹੈਗਾ, ਇਹਨਾਂ ਜਿੰਨੇ ਤੱਕ ਹੋ ਸਕੇ ਮਦਦ ਕਰੋ। ਅਤੇ ਕਿਆ ਮੌਕੇ 'ਤੇ ਪ੍ਰਸ਼ਾਸਨ ਪਹੁੰਚਿਆ ਇੱਥੇ? ਪ੍ਰਸ਼ਾਸਨ ਆਏ ਸਰ, ਆਏ ਥੋੜ੍ਹਾ ਲੇਟ ਆ।